बरनाला की अनाज मंडी में भारतीय किसान यूनियन सिद्धूपुर की तरफ से विशाल किसान रैली की गई। इस रैली में संयुक्त किसान मोर्चे की किसान जथेबंदियों के कई बड़े किसान नेता उपस्थित हुए। पंजाब के अलावा हरियाणा, राजस्थान, यूपी और महाराष्ट्र से भी किसान नेताओं ने किसान रैली को संबोधित किया। पंजाब भर से हजारों की संख्या में किसान, महिलाएं और नौजवान रैली में शामिल हुए। इस मौके पर लखीमपुर खीरी के शहीद किसानों व पत्रकार को श्रद्धांजलि दी गई। पंजाब सरकार की तरफ से वादा खिलाफी और किसानों के लटकते मसलों को लेकर और केंद्र सरकार को खेती कानून रद्द करने व लखीमपुर खीरी घटना के आरोपी के पिता केंद्रीय मंत्री को मंत्री पद से हटाने के लिए चेतावनी दी गई। इस संबंधी बातचीत करते भारतीय किसान यूनियन सिद्धूपुर के सूबा प्रधान जगजीत सिंह डल्लेवाल ने कहा कि आज की रैली पंजाब सरकार को चेतावनी देने के लिए की गई है, क्योंकि पंजाब सरकार भी किसानों के मामलों को अनदेखा कर रही है, क्योंकि केंद्र सरकार की तरफ से धान की प्रति एकड़ 25 क्विंटल खरीद पर जवाब दे दिया है। केंद्र की इस बात का पंजाब सरकार भी साथ दे रही है। उन्होंने कहा कि सरकार ने यदि अपने वायदे पूरे ना किए तो वह केंद्र के साथ साथ पंजाब सरकार के घेराव के लिए चंडीगढ़ में दाखिल होकर संघर्ष करने के लिए मजबूर होंगे। बरनाला से हलचल के लिए विनोद शर्मा की रिपोर्ट। देखो, मेरा ज्यादा वड्डे होने का मतलब यह है कि असीं सरकारां नूं जवाउणा पर अपने कोई नहीं जवाउणे। कल कुछ हरकत होई सी एसजीपीसी दा कॉलेज अंबरसर विच, ते एक नवी ग्रेजुएशन उत्थे होई आ बच्चे दी, ते नवा बणिया डॉक्टर एज दे उत्तों जदों किसानां दे नारे लाउण लगा उहनां ने माइक बंद करता, टीचरां ने माइक बंद करता, और इह चीज बड़ी ਮੈਨੂੰ ਸ਼ਰਮਨਾਕ ਘਟਨਾ ਲੱਗੀ ਜਿਹੜੀ ਮੈਂ ਲੋਕਾਂ ਨਾਲ ਸ਼ੇਅਰ ਕੀਤੀ। ਦੂਜੀ ਗੱਲ ਜਿਹੜੀ ਆ ਕਿ ਸਾਡੇ ਗੁਰਦੁਆਰਿਆਂ ਵਿੱਚ ਥਾਂ ਥਾਂ ਤੇ ਸਰੂਪੇ ਪਾਏ ਜਾ ਰਹੇ ਆ ਕੁਛ ਲੀਡਰਾਂ ਦੇ, ਜਿਨ੍ਹਾਂ ਕਰਕੇ ਕਾਨੂੰਨ ਬਣਿਆ। ਔਰ ਮੈਂ ਸਾਰਿਆਂ ਨੂੰ ਇਹ ਯਾਦ ਕਰਾਇਆ ਕਿ 1919 ਵਿੱਚ ਜਨਰਲ ਡਾਇਰ ਨੇ ਜਦੋਂ ਕਤਲੇਆਮ ਕੀਤਾ ਜਲ੍ਹਿਆਂਵਾਲੇ ਬਾਗ ਵਿੱਚ, ਉਸ ਤੋਂ ਬਾਅਦ ਉਹਨੇ ਵੀ ਜਾ ਕੇ ਸਰੂਪਾ ਪਵਾਇਆ। ਫਿਰ 80 ਸਾਲ ਬਾਅਦ ਉਹਨੇ ਪਰਿਵਾਰ ਤੇ ਮਾਫ਼ੀ ਮੰਗੀ ਕਿ ਸਾਡੇ ਕੋਲ ਗਲਤੀ ਹੋ ਗਈ। ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਸਰੂਪਾ ਬਹੁਤ ਪਵਿੱਤਰ ਚੀਜ਼ ਆ, ਇਹ ਤੁਸੀਂ ਵੇਖ ਲਓ। ਅਸੀਂ ਗੁਰੂ ਸਾਹਿਬਾਂ ਦੇ ਕਦਮਾਂ ਤੇ ਚੱਲ ਰਹੇ ਹਾਂ। ਕੱਲ ਤੱਕ ਚਲੋ ਅਰਦਾਸ ਹੋਈ ਸੀ ਸਾਨੂੰ ਤੋਰਨ ਲੱਗਿਆ, ਜਿਹਦੇ ਕਰਕੇ ਅਸੀਂ ਅਮਰੀਕਾ ਛੱਡ ਕੇ ਆ ਗਏ ਹਾਂ। ਅੱਜ ਕਿੱਦਾਂ ਹੋ ਸਕਦਾ ਕਿ ਸਾਡੇ ਗੁਰਦੁਆਰੇ ਵਿੱਚ ਸਾਡੀ ਅਰਦਾਸ ਬੰਦ ਹੋ ਜਾਏ, ਕਿਸਾਨਾਂ ਦੀ ਅਰਦਾਸ ਬੰਦ ਹੋ ਜਾਏ, ਤੇ ਉੱਤੇ ਉੱਪਰੋਂ ਜਿਹੜੇ ਲੋਕਾਂ ਨੇ ਚਾਰ ਕਾਨੂੰਨ ਲਿਆਂਦੇ, ਜਿਹਨਾਂ ਨੇ ਕਤਲੇਆਮ ਕੀਤਾ, 600 ਤੋਂ ਵੱਧ ਸ਼ਹੀਦ ਹੋ ਗਏ, ਯੂਪੀ ਚ ਕਤਲੇਆਮ ਕੀਤਾ, ਅੱਜ ਉਹਨਾਂ ਨੂੰ ਆਪਾਂ ਸਰੋਪੇ ਦੇ ਕੇ ਉਹਨਾਂ ਨੂੰ ਸਨਮਾਨ ਕਰਦੇ ਹਾਂ। ਇਹ ਚੀਜ਼ ਨੂੰ ਰੋਕਣਾ ਚਾਹੀਦਾ। ਜਿਹੜੀ ਅੱਜ ਦੀ ਰੈਲੀ ਹੈ ਸਾਡੀ ਜਥੇਬੰਦੀ ਵੱਲੋਂ, ਬੀਜੇਪੀ ਤੇ ਸਿੱਧੂਪੁਰ ਵੱਲੋਂ, ਇਹਦਾ ਮੁੱਖ ਕਾਰਨ ਇਹ ਸੀਗਾ ਕਿ ਆਪਾਂ ਦੇਖਿਆ ਹੈ ਕਿ ਪੰਜਾਬ ਗਵਰਨਮੈਂਟ ਨੇ ਸੈਂਟਰ ਗਵਰਨਮੈਂਟ ਦੇ ਇਸ਼ਾਰੇ ਤੇ ਕਹਿਤਾ ਕਿ ਝੋਨਾ 25 ਕੁਇੰਟਲ ਹੀ ਏਕੜ ਮਗਰ ਖਰੀਦਿਆ ਜਾਣਾ ਹੈ, ਤਾਂ ਫਿਰ ਬਾਕੀ ਕਿਸਾਨ ਕਿੱਧਰ ਲੈ ਕੇ ਜਾਏਗਾ? ਇੱਕ ਤਾਂ ਇਹ ਗੱਲ ਬਹੁਤ ਵੱਡੀ ਹੈ ਸਾਡੇ ਤੇ, ਬਾਕੀ ਸਾਡੇ ਕਿਸਾਨਾਂ ਦੀ ਜਿਹੜੀ ਫਸਲ ਮਰੀ ਹੈ, ਨਰਮਾ ਮਰ ਗਿਆ, ਉਹਦੇ ਤੇ ਹਜੇ ਤੱਕ ਕੋਈ ਮਤਲਬ ਨਾ ਮੇਰੇ। ਇੱਕ ਮਿੰਟ ਯਾਰ, ਇੱਕ ਮਿੰਟ। ਅਗਲੀ ਗੱਲ ਆ, ਅਗਲੀ ਜਿਹੜੀ ਗੱਲ ਆ ਉਹਦੇ ਚ ਮਾੜਾ ਯਾਰ ਮਾਗਰ ਵੀ ਲੈ, ਉਹ ਬਹੁਤ ਵੱਡੀ ਇਹ ਹੈ ਕਿ ਦੇਖੋ 26 ਤਰੀਕ ਤੋਂ ਮਗਰੋਂ ਜਿੰਨੇ ਵੀ ਕਿਸਾਨ ਦਿੱਲੀ ਸ਼ਹੀਦ ਹੋਏ ਨੇ, ਉਹਨਾਂ ਸਾਰੇ ਕਿਸਾਨਾਂ ਨੂੰ ਇਹਨਾਂ ਨੇ ਕੀ ਕੀਤਾ ਹੈ, ਉਹਨਾਂ ਕਿਸਾਨਾਂ ਨੂੰ ਤਾਂ ਚਲੋ ਬੜੀ ਚੰਗੀ ਗੱਲ ਹੈ, ਮੰਨਦੀ ਸੀ ਉਹ, ਭਾਵੇਂ ਥੋੜੀ ਦਿੱਤੀ ਹੈ, 5-5 ਲੱਖ ਦੀ ਮਦਦ ਆ ਗਈ, ਲੇਕਿਨ ਸਾਡੀ ਮੰਗ ਇਹ ਹੈ ਕਿ ਜਿਵੇਂ ਉਹ ਵਿਚਾਰੇ ਕਿਸਾਨ ਜਿੱਥੇ ਵੀ ਸ਼ਹੀਦ ਹੋਏ ਨੇ, ਕਿਰਪਾ ਕਰਕੇ ਇਹਨਾਂ ਨੂੰ ਵੀ ਉਸੇ ਲਾਈਨ ਦੇ ਵਿੱਚ ਲਿਆ ਜਾਏ, ਕਿਉਂਕਿ 26 ਤੋਂ ਪਹਿਲਾਂ ਵੱਡੀ ਗਿਣਤੀ ਕਿਸਾਨ ਇੱਥੇ ਪੰਜਾਬ 'ਚ ਸ਼ਹੀਦ ਹੋਏ ਨੇ, ਉਹਨਾਂ ਨੂੰ ਬਣਦਾ ਮਤਲਬ ਮੁਆਵਜ਼ਾ, ਉਹਨਾਂ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਏ। ਅਗਲੀ ਗੱਲ ਆ ਕਿ ਸਾਡੇ ਨਾਲ ਸਰਕਾਰ ਨੇ ਵਾਅਦਾ ਕੀਤਾ ਸੀ, ਕਮਿਟਮੈਂਟ ਸੀਗੀ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਔਰ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਨੌਕਰੀਆਂ ਦੇਵਾਂਗੇ। ਉਹ ਦੋਨੇ ਵਾਅਦੇ ਨਹੀਂ ਪੂਰੇ ਕੀਤੇ ਗਏ ਸਰਕਾਰ ਵੱਲੋਂ, ਔਰ ਸਰਕਾਰ ਜਾਣ ਲੱਗੀ ਹੈ। ਇਸ ਕਰਕੇ ਸਾਨੂੰ ਵਿੱਚ ਦੀ ਆ ਕੇ ਇਹ ਚੇਤਾਵਨੀ ਰੈਲੀ ਕਰਨੀ ਪਈ ਹੈ ਕਿ ਜੇਕਰ ਵੀ ਆਪਣਾ ਅਸੀਂ ਬੀਜੇਪੀ ਨਾਲ ਲੜ ਸਕਦੇ ਹਾਂ, ਸਾਡੀ ਕਾਂਗਰਸ ਵੀ ਕੋਈ ਜਾਂ ਪੰਜਾਬ ਗਵਰਨਮੈਂਟ ਵੀ ਸਾਡੀ ਪੂਰੀ ਲੜਨੀ ਨਹੀਂ, ਰਿਸ਼ਤੇ ਲੜਨੀ ਸਾਡੀ, ਅਸੀਂ ਇਹਦੇ ਖਿਲਾਫ਼ ਵੀ ਲੜਾਂਗੇ। ਔਰ ਇਸੇ ਦਾ ਅਰਥ ਦੇ ਉੱਤੇ ਜਿੱਦਾਂ ਇੱਥੇ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ, ਇੱਕ ਜਥੇਬੰਦੀ ਦਾ ਏਡਾ ਕੱਢਦਾ, ਜੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਕਰਨੀਆਂ ਤਾਂ ਫਿਰ ਚੰਡੀਗੜ੍ਹ ਦਾ ਹਾਲ ਕੀ ਹੋਏਗਾ? देखिए, जो इतनी विशाल रैली आज हुई है, इसने साबित कर दिया कि जो जोश किसानों में पहले दिन था, एक साल पहले था, उससे कहीं ज्यादा जोश आज किसानों में है। और किसान जो सरकार ये इंतजार कर रही है कि आहिस्ता आहिस्ता किसान थक जाएंगे, किसान जो है वो हार के और इस आंदोलन को छोड़ देंगे, आज की रैली ने ये साबित किया है कि जोश दिन प्रतिदिन बढ़ रहा, लड़ाई दिन प्रतिदिन मजबूत हो रही है, भविष्य में और भी मजबूती से लड़ी जाएगी, ये संदेश आज भी रैली। देखिए, अगर इस सरकार को उल्टे दिन इस सरकार के आए हैं
तो कुछ हो नहीं सकता, लेकिन अगर सरकार में कोई विचारवान व्यक्ति होगा तो इसको अब इससे ज्यादा लंबा चलाने की हिम्मत सरकार में नहीं है। ये सरकार भी समझ गई है कि आंदोलन क्षेत्र विशेष का नहीं है, देश का आंदोलन। मैंने अभी मंच से बताया, आज ही दक्षिण भारत के राज्य जो है हैदराबाद में रणनीति बना रहे हैं कि इस आंदोलन को आगे किस तरह से मजबूत किया जाए। पूरे देश में ये आंदोलन फैल चुका है और आने वाले समय में एक बड़ी क्रांति का रूप ये आंदोलन देगा अगर सर।